ਭਾਰਤ ਦੇ ਵਿੱਚ ਕੱਲ੍ਹ ਬਰਤਾਨਵੀ ਕਾਨੂੰਨ ਖਤਮ ਹੋ ਗਏ ਨੇ ਤੇ ਨਵੀਂ ਫੌਜਦਾਰੀ ਸੰਹਿਤਾ ਭਾਰਤ ਸਰਕਾਰ ਨੇ ਲਾਗੂ ਕਰ ਦਿੱਤੀ ਹੈ। ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਇਹ ਨਵੇਂ 3 ਕਾਨੂੰਨ ਲਾਗੂ ਹੋ ਚੁੱਕੇ ਨੇ, ਜਿਨ੍ਹਾਂ ਦੇ ਨਾਮ ਭਾਰਤੀ ਨਿਆਂ ਸੰਹਿਤਾ BNS 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS 2023 ਤੇ ਭਾਰਤੀ ਸਾਖਿਆ ਅਧਿਨਿਯਮ BSA ਹਨ। ਅਤੇ ਇਹਨਾਂ ਨਵੇਂ ਕਾਨੂੰਨਾਂ ਨੇ ਬਰਤਾਨਵੀ ਰਾਜ ਦੇ ਕਾਨੂੰਨਾਂ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲਈ ਹੈ। ਕੱਲ੍ਹ ਤੋਂ ਹੀ ਪੂਰੇ ਦੇਸ਼ ਦੇ ਵਿੱਚ ਹੁਣ ਮੁਕੱਦਮੇ ਨੇ ਜਿਹੜੇ ਇਹਨਾਂ ਕਾਨੂੰਨਾਂ ਦੇ ਤਹਿਤ ਹੀ ਦਰਜ ਹੋ ਰਹੇ ਨੇ। ਪੰਜਾਬ ਪੁਲਿਸ ਦੇ IG ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਨੇ ਇਹਨਾਂ ਕਾਨੂੰਨਾਂ ਦੀ 20,000 ਪੁਲਿਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੈ, ਬਾਕੀ ਰਹਿੰਦਿਆਂ ਦੀ ਲਗਾਤਾਰ ਜਾਰੀ ਹੈ। ਤੇ ਪੰਜਾਬ ਦੇ ਵਿੱਚ ਨਵੇਂ ਕਾਨੂੰਨ ਤਹਿਤ ਪਹਿਲੀ FIR 102 ਨੰਬਰ ਥਾਣਾ ਸਦਰ ਧੂਰੀ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਹੁਣ ਜਿੰਨੇ ਵੀ ਮਾਮਲੇ ਦਰਜ ਹੋਣਗੇ ਉਹ ਨਵੇਂ ਕਾਨੂੰਨਾਂ ਦੇ ਤਹਿਤ ਹੀ ਦਰਜ ਹੋਣਗੇ ਤੇ ਜਿਹੜੇ ਹੁਣ ਤੱਕ ਦਰਜ ਹੋ ਚੁੱਕੇ ਨੇ ਉਹਨਾਂ ਨੂੰ ਇਹਨਾਂ ਕਾਨੂੰਨਾਂ ਦੇ ਤਹਿਤ ਅਪਡੇਟ ਕਰ ਦਿੱਤਾ ਜਾਊਗਾ। ਪੰਜਾਬ ਨੇ ਜੋ ਪਹਿਲੀ FIR ਹੈ ਉਹ 102 ਨੰਬਰ FIR ਪੁਲਿਸ ਸਟੇਸ਼ਨ ਸਦਰ ਦੂਰੀ ਮੇ ਦਰਜ ਕੀ ਹੈ, ਜੋ FIR 303 BNSS 2023 ਕੇ ਤਹਿਤ ਦਰਜ ਕੀ ਗਈ ਹੈ ਔਰ ਇਸ FIR ਕੀ ਜੋ ਫਰਦਰ ਇਨਵੈਸਟੀਗੇਸ਼ਨ ਹੋਗੀ ਵੋ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ ਜੋ ਨਯਾ ਪ੍ਰੋਵੀਜ਼ਨ ਹੈ ਜਿਸਨੇ CRPC ਕੋ ਰਿਪਲੇਸ ਕੀਆ ਹੈ ਉਸ ਪ੍ਰੋਵੀਜ਼ਨ ਕੇ ਤਹਿਤ ਹੋਗੀ ਔਰ ਪੂਰੇ ਪੰਜਾਬ ਮੇ ਜਿਤਨੀ ਵੀ FIR ਦਰਜ ਹੋ ਰਹੀ ਹੈ ਅੱਜ ਸਾਰੀ ਨਏ ਕਾਨੂੰਨੋ ਕੇ ਤਹਿਤ ਦਰਜ ਹੋ ਰਹੀ ਹੈ ਔਰ ਜਲਦੀ ਹੀ ਕਿਤਨੀ FIR ਅਬ ਤੱਕ ਦਰਜ ਹੋਈ ਹੈ ਨਏ ਕਾਨੂੰਨੋ ਕੇ ਤਹਿਤ ਵੋ ਵੀ ਅਪਡੇਟ ਕੀਆ ਜਾਏ। ਹਾਲਾਂਕਿ ਨਵੇਂ ਲਾਗੂ ਹੋਏ ਕਾਨੂੰਨਾਂ ਦਾ ਵਿਰੋਧ ਵੀ ਚੱਲ ਰਿਹਾ ਹੈ। ਕੱਲ੍ਹ ਸ੍ਰੀ ਬਿਊਟੀਫੁਲ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਦੇ ਵਿੱਚ ਹਾਈਕੋਰਟ ਦੇ ਵਕੀਲ ਵੀ ਪਹੁੰਚੇ, ਵਿਦਿਆਰਥੀ ਜਥੇਬੰਦੀਆਂ ਵੀ ਪਹੁੰਚੀਆਂ ਅਤੇ 3 ਨਵੇਂ ਕਾਨੂੰਨਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦੱਸਿਆ ਕਿ ਇਹਨਾਂ ਨਵੇਂ ਕਾਨੂੰਨਾਂ ਦੇ ਵਿੱਚ ਨਾਗਰਿਕਾਂ ਦੇ ਅਨੁਕੂਲ ਕਿਹੜੀ ਗੱਲ ਨਹੀਂ ਹੈ। ਔਰ ਅਫਸੋਸ ਹੈ ਕਿ ਜਦੋਂ ਹੁਣ ਤੁਸੀਂ ਕਹਿੰਦੇ ਕਿ ਨਵੇਂ ਦੇਸੀ ਕਾਨੂੰਨ ਲੈ ਕੇ ਆ ਰਹੇ ਹੈ ਸਵਾਏ ਨਾਮ ਦੇ ਕਿ ਤੁਸੀਂ ਦੇਸੀ ਬੋਤਲ ਓਲਡ ਵਾਈਨ ਹੁੰਦੀ ਤਾਂ ਨਿਊ ਬੋਟਲ, ਉਸ ਤੋਂ ਇਲਾਵਾ ਕੁਛ ਵੀ ਨਹੀਂ ਹੈ। ਸਗੋਂ ਸ਼ਰਾਬ ਖਰਾਬ ਹੋ ਗਈ ਹੈ, ਜਿਹੜੇ ਮਾੜੇ ਮੋਟੇ ਅਸੀਂ ਜਿਹੜੇ ਲੋਕਾਂ ਦੇ ਹੱਕ ਦੇ ਗੱਲਾਂ ਉਹੀ ਚੀਜ਼ਾਂ ਬਦਲੀਆਂ। ਇਸ ਲਈ ਸਭ ਤੋਂ ਵੱਡਾ ਜਿਹੜਾ ਵਧੀਕਾ ਕਰਨ ਦਾ ਤਰੀਕਾ ਉਹ ਹੁੰਦਾ ਆਪਣੇ ਸਲਮਾਨ, ਇਹਦੇ ਵਿੱਚ ਉਹੀ ਆਜ਼ਾਦੀ ਦੇਤੀ ਹੈ। ਇਹ ਜਿਹੜੇ ਨਵੇਂ ਕਾਨੂੰਨ ਨੇ ਇਹਨਾਂ ਦੇ ਵਿੱਚ ਪੁਲਿਸ ਨੂੰ ਜਿਹੜੇ ਥੱਲੜਲੇ ਅਧਿਕਾਰੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਪਾਵਰਾਂ ਨੇ, ਤਾਕਤਾਂ ਨੇ ਦਿੱਤੀਆਂ ਗਈਆਂ ਨੇ। ਇੱਕ ਤਾਕਤ ਤਾਂ ਇਹ ਵੀ ਜਿਹੜਾ 3 ਤੋਂ 7 ਸਾਲ ਕੋਈ ਸਜ਼ਾ ਹੋਵੇ, ਕੋਈ ਵੀ ਇਹੋ ਜਿਹਾ ਅਪਰਾਧ ਹੈ, ਜੇ ਇਹਨਾਂ ਦੀ FIR ਲਿਖਾਉਣ ਜਾਂਦੇ ਹਾਂ, ਅਸੀਂ ਥਾਣੇ ਰਿਪੋਰਟ ਲਿਖਾਉਣ ਜਾਂਦੇ ਹਾਂ, ਪਹਿਲੀ ਜਾਣਕਾਰੀ ਰਿਪੋਰਟ, ਤਾਂ ਉਹ ਰਿਪੋਰਟ ਦੇ ਦਮ 'ਤੇ ਪੁਲਿਸ ਆਪਦੀ ਸਾਰੀ ਅਗਲੀ ਜਾਂਚ ਕਰਦੀ ਹੈ। ਤਾਂ 3 ਤੋਂ 7 ਸਾਲ ਦੀ ਜਿਹੜੇ ਕਾਨੂੰਨਾਂ, ਜਿਹੜੇ ਅਪਰਾਧਾਂ ਦੀ ਸਜ਼ਾ ਹੈ, ਉਹਨਾਂ ਦੇ ਵਿੱਚ ਪੁਲਿਸ ਨੇ FIR ਕਰਨੀਆਂ ਕਿ ਨਹੀਂ ਕਰਨੀ, ਲਿਖਣੀਆਂ ਕਿ ਨਹੀਂ ਲਿਖਣੀ, ਇਹ ਉਹ ਆਪ ਸੋਚਣਗੇ। ਉਹ ਮੁੱਢਲੀ ਜਾਂਚ ਕਰਕੇ ਦਰਜ ਕਰਨਗੇ। ਇਸ ਦੇ ਨਾਲ ਬਹੁਤ ਸਾਰੇ ਇਹੋ ਜਿਹੇ ਅਪਰਾਧ ਆ ਜਿਹੜੇ ਉਹਨਾਂ ਨੂੰ ਢੱਕ ਦਿੱਤਾ ਜਾਊਗਾ। ਦੂਸਰਾ, ਜੇ ਕੋਈ ਧਰਨਾ ਪ੍ਰਦਰਸ਼ਨ ਕਰਦਾ ਸੀ ਅੱਗੇ, ਜੇ ਉਹਨਾਂ ਉੱਤੇ ਕੋਈ ਵੀ ਭਾਵੇਂ ਸ਼ਾਂਤੀਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰਦਾ ਸੀ, ਤਾਂ ਉਹਦੇ ਉੱਤੇ ਡੰਡਾ ਚਲਾਉਣਾ, ਲਾਠੀ ਚਲਾਉਣਾ, ਪੁਲਿਸ ਫੋਰਸ ਦਾ ਵਰਤੋਂ ਕਰਨੀ, ਇਹਦਾ ਆਰਡਰ ਆ ਜਿਹੜਾ ਉੱਚ ਪੱਧਰ ਦੇ ਅਧਿਕਾਰੀ ਦਿੰਦੇ ਸੀ। ਇਸ ਵੇਲੇ ਉਹ ਥੱਲੜਲੇ ਪੱਧਰ ਦੇ ਅਧਿਕਾਰੀ ਵੀ ਉਹ ਆਰਡਰ ਦੇ ਕੇ ਇਸ ਤਰ੍ਹਾਂ ਦੀਆਂ ਕੰਮ ਕਰ ਸਕਦੇ ਆ। ਮਤਲਬ ਪੁਲਿਸ ਆ ਜਿਹੜੀ ਉਹ ਤੁਹਾਨੂੰ ਚੱਕ ਸਕਦੀ ਹੈ ਘਰੋਂ, ਤੇ ਇਸੇ ਤਰ੍ਹਾਂ ਜੇ ਅਪਰਾਧ ਜਿਹੜਾ ਹੈ ਉਹਦੀ ਸਜ਼ਾ 10 ਸਾਲ ਤੋਂ ਵੱਧ ਹੈ ਤਾਂ ਉਹ 90 ਦਿਨਾਂ ਦੇ ਵਿੱਚ ਕਦੇ ਵੀ ਉਹ ਜਿਹੜੀ ਰਿਮਾਂਡ ਹੈ ਪੁਲਿਸ ਵੱਲੋਂ ਲਈ ਜਾ ਸਕਦੀ ਹੈ। ਸਿੱਧਾ ਬੰਦੇ ਨੂੰ ਪੁਲਿਸ ਵੱਲੋਂ ਇਨਕਾਊਂਟਰ ਕਰ ਦੇਣਾ ਜਾਂ ਇੱਕ ਬੰਦੇ ਦੇ ਹੱਥ ਦੇ ਵਿੱਚ ਇੰਨੀ ਤਾਕਤ ਦੇ ਦੇਣਾ ਵੀ ਉਹ ਕਿਸੇ ਵੀ ਬੰਦੇ ਨੂੰ ਸਿੱਧਾ ਮਾਰ ਦੇਵੇ ਬਿਨਾਂ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਮੁਕੱਦਮਾ ਚਲਾਏ, ਇਹ ਗਲਤ ਹੈ।
ਤੇ ਇਹ ਹੁਣ ਹੋਰ ਵੀ ਵਧਣ ਵਾਲਾ ਹੈ ਵੀ ਪੁਲਿਸ ਦੇ ਹੱਥ ਦੇ ਵਿੱਚ ਜੇ ਅਜਿਹੇ ਕਾਨੂੰਨਾਂ ਦੇ ਤਹਿਤ ਜੇ ਆਹ ਸਾਰੇ ਜਿਹੜੇ ਨਵੇਂ ਕਾਨੂੰਨ ਆਏ ਜੇ ਤਾਕਤਾਂ ਵੱਧਦੀਆਂ ਨੇ ਤਾਂ ਅਸੀਂ ਇਹ ਜਾਣਦੇ ਹਾਂ ਵੀ ਪੁਲਿਸ ਦੇ ਥਾਣਿਆਂ ਦੇ ਵਿੱਚ ਤਾਂ ਲੋਕ ਪਹਿਲਾਂ ਹੀ ਡਰਦੇ ਆਪਦੀ ਮੁਕੱਦਮੇ ਦਰਜ ਕਰਾਉਣ ਨਹੀਂ ਜਾਂਦੇ, ਹੁਣ ਤਾਂ ਉਹ ਚੀਜ਼ਾਂ ਹੋਰ ਵੀ ਵੱਧ ਔਖੀਆਂ ਹੋ ਜਾਣਗੀਆਂ। ਦੂਸਰੇ ਪਾਸੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ FIR ਦਰਜ ਹੋਣ ਦੇ 3 ਸਾਲਾਂ ਦੇ ਅੰਦਰ ਸਾਰੇ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਦੇ ਪੱਧਰ ਤੱਕ ਨਿਆਂ ਮਿਲੇਗਾ। ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਵਿੱਖ ਵਿੱਚ ਇਹਨਾਂ ਕਾਨੂੰਨਾਂ ਕਰਕੇ ਅਪਰਾਧਾਂ ਵਿੱਚ ਕਮੀ ਆਊਗੀ ਤੇ ਨਵੇਂ ਕਾਨੂੰਨਾਂ ਤਹਿਤ 90% ਕੇਸਾਂ ਵਿੱਚ ਦੋਸ਼ ਸਾਬਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਪੱਧਰ ਤੱਕ FIR ਦਰਜ ਹੋਣ ਦੇ 3 ਸਾਲ ਅੰਦਰ ਇਨਸਾਫ ਮਿਲ ਸਕਦਾ ਹੈ। ਸ਼ਾਹ ਨੇ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਸ਼ਿਕਾਇਤਾਂ ਤੇ ਚਰਚਾ ਲਈ ਮਿਲਣ ਵਾਸਤੇ ਵੀ ਕਿਹਾ। ਕਹਿੰਦੇ ਮੈਂ ਕਿਸੇ ਨੂੰ ਵੀ ਮਿਲਣ ਲਈ ਤਿਆਰ ਹਾਂ, ਅਸੀਂ ਮਿਲਾਂਗੇ ਤੇ ਸਮੀਖਿਆ ਕਰਾਂਗੇ ਪਰ ਕਿਰਪਾ ਕਰਕੇ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ। ਕਾਂਗਰਸ ਨੇ ਦੋਸ਼ ਲਾਇਆ ਕਿ 3 ਨਵੇਂ ਫੌਜਦਾਰੀ ਕਾਨੂੰਨ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਪਾਸ ਕੀਤੇ ਗਏ ਸੀ ਕਿਉਂਕਿ ਇਹ ਕਾਨੂੰਨ ਪਿਛਲੀ ਸਰਕਾਰ ਜਦੋਂ BJP ਦੀ ਸਰਕਾਰ ਸੀ ਉਦੋਂ ਪਾਰਲੀਮੈਂਟ ਦੇ ਵਿੱਚ ਪਾਸ ਕੀਤੇ ਗਏ ਸੀ ਤੇ ਉਦੋਂ ਵਿਰੋਧੀ ਧਿਰ ਸੰਸਦ ਦੇ ਵਿੱਚ ਹਾਜ਼ਰ ਹੀ ਨਹੀਂ ਸੀ ਤੇ ਕਾਂਗਰਸ ਨੇ ਕਿਹਾ ਕਿ ਇੰਡੀਆ ਗੱਠਜੋੜ ਅਜਿਹੇ ਬੁਲਡੋਜ਼ਰ ਨਿਆਂ ਸੰਸਦੀ ਪ੍ਰਣਾਲੀ ਤੇ ਨਹੀਂ ਚੱਲਣ ਦੇਵੇਗਾ। ਇਹ ਬਿਆਨ ਕਾਂਗਰਸ ਦੇ ਕੌਮੀ ਪ੍ਰਧਾਨ ਮਲਲਿਕਾਰਜੁਨ ਖੜਗੇ ਨੇ ਦਿੱਤਾ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਪੂਰੇ ਦੇਸ਼ ਦੇ ਵਿੱਚੋਂ ਪਹਿਲਾ ਕੇਸ ਰਾਤ ਨੂੰ 12:10 ਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਦਰਜ ਕੀਤਾ ਗਿਆ ਜਿਹੜਾ ਕਿ ਮੋਟਰਸਾਈਕਲ ਚੋਰੀ ਨਾਲ ਸੰਬੰਧਿਤ ਸੀ। ਯਾਨੀ ਕਿ ਕਾਨੂੰਨ ਲਾਗੂ ਹੋਣ ਦੇ 10 ਮਿੰਟ ਦੇ ਅੰਦਰ ਹੀ ਇਹ ਕੇਸ ਦਰਜ ਕੀਤਾ ਗਿਆ। ਇਹ ਕਾਨੂੰਨ ਜਬ ਆਜ ਸੇ ਹਰ ਥਾਣੇ ਮੇਂ ਆਪਣਾ ਕਾਮ ਕਰਨਾ ਚਾਲੂ ਕਰੇਂਗੇ ਤਬ ਅੰਗਰੇਜ਼ੋ ਕੇ ਬਣਾਏ ਹੋਏ ਕਾਨੂੰਨ ਨਿਰਸਤ ਹੋਕਰ ਭਾਰਤ ਕੀ ਸੰਸਦ ਨੇ ਬਣਾਏ ਹੋਏ ਕਾਨੂੰਨ ਆਏਗੇ। ਦੰਡ ਕੀ ਜਗ੍ਹਾ ਨਿਆਂ ਲੇਗਾ, ਦੇਰੀ ਕੀ ਜਗ੍ਹਾ ਸਪੀਡੀ ਟ੍ਰਾਇਲ ਔਰ ਸਪੀਡੀ ਜਸਟਿਸ ਮਿਲੇਗਾ। ਔਰ ਪਹਿਲੇ ਸੀ ਪੁਲਿਸ ਕੇ ਅਧਿਕਾਰੋਂ ਕੀ ਰਕਸ਼ਾ ਕੀ ਗਈ ਥੀ, ਅਬ ਪੀੜਿਤੋਂ ਕੇ ਅਧਿਕਾਰੋਂ ਕੀ ਰਕਸ਼ਾ ਔਰ ਜੋ ਕੰਪਲੇਨੈਂਟ ਹੈ ਇਸਕੇ ਵੀ ਅਧਿਕਾਰੋਂ ਕੀ ਰਕਸ਼ਾ ਕਰਨੇ ਕਾ ਕਾਮ ਹੋਗਾ। ਤੋ ਇੱਕ ਨਵੇਂ ਨਜ਼ਰੀਏ ਕੇ ਸਾਥ ਇਹ ਤਿੰਨੋਂ ਕਾਨੂੰਨ ਆਜ ਸੂਬੇ ਸੇ ਹੀ ਮਤਲਬ ਕੱਲ੍ਹ ਮੱਧ ਰਾਤਰੀ ਸੇ ਕਾਮ ਕਰਨਾ ਸ਼ੁਰੂ ਕੀਏ ਹੈ। ਦਰਅਸਲ ਨਵੇਂ ਕਾਨੂੰਨਾਂ ਦੇ ਵਿੱਚ ਮਹਿਲਾਵਾਂ ਤੇ ਬੱਚਿਆਂ ਖਿਲਾਫ਼ ਅਪਰਾਧ ਦੇ ਸੰਬੰਧ 'ਚ ਵਿਸ਼ੇਸ਼ ਮੱਦਾਂ ਸ਼ਾਮਿਲ ਨੇ। ਇਹਨਾਂ ਦੇ ਵਿੱਚ 0 FIR, ਪੁਲਿਸ ਦੇ ਵਿੱਚ ਆਨਲਾਈਨ ਸ਼ਿਕਾਇਤ ਦਰਜ ਕਰਾਉਣਾ, ਇਲੈਕਟ੍ਰੋਨਿਕਸ ਮਾਧਿਅਮ ਜਿਵੇਂ ਕਿ SMS ਰਾਹੀਂ ਸੰਮਨ ਭੇਜਣੇ ਤੇ ਸਾਰੇ ਗੰਭੀਰ ਅਪਰਾਧਾਂ ਵਾਲੇ ਘਟਨਾ ਸਥਾਨ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੀਆਂ ਮੱਦਾਂ ਵੀ ਸ਼ਾਮਲ ਨੇ। ਹਾਲਾਂਕਿ ਇਹਨਾਂ ਕਾਨੂੰਨਾਂ ਦੇ ਤਹਿਤ ਪੁਲਿਸ ਰਿਮਾਂਡ ਦੇ ਦਿਨ ਕਾਫ਼ੀ ਗਿਣਤੀ ਦੇ ਵਿੱਚ ਵਧਾ ਦਿੱਤੇ ਗਏ ਨੇ ਜਿਸ ਦਾ ਵਿਰੋਧ ਕੁਝ ਵਰਗਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ।